ਇਹ ਸੀਸੀਟੀਵੀ ਤਸਵੀਰਾਂ ਇੱਕ ਕਤਲ ਦੇ ਵਾਰਦਾਤੀਆਂ ਨੇ ਜਿੱਥੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜੋ ਕਿ ਦੋ ਲੋਕਾਂ 'ਚ ਹੋ ਰਹੀ ਲੜਾਈ ਨੂੰ ਛੁਡਵਾਉਣ ਗਿਆ ਸੀ। ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਕਿ ਕਲੱਬ ਦੇ ਬਾਹਰ ਕੁਝ ਲੋਕ ਆਪਣੀਆਂ ਗੱਡੀਆਂ ਦੇ ਕੋਲ ਖੜੇ ਸ਼ਰਾਬ ਪੀ ਰਹੇ ਸਨ। ਇਸੇ ਵਿਚਾਲੇ ਹੀ ਇੱਕ ਥਾਰ ਵੀ ਖੜੀ ਸੀ ਜੋ ਵਿਚਕਾਰ ਖੜੀ ਸੀ ਟੇਢੇ ਰੋਕ ਨੂੰ। ਇਸੇ ਦੇ ਵਿੱਚੋਂ ਇੱਕ ਸ਼ਖਸ ਪਿੱਛੋਂ ਦੇ ਨਿਕਲਦਾ ਹੈ, ਹੱਥ 'ਚ ਰਿਵਾਲਵਰ ਹੈ। ਇਸ ਸ਼ਖਸ ਦੀ ਕਿਸੇ ਦੂਸਰੇ ਨਾਲ ਲੜਾਈ ਹੋ ਜਾਂਦੀ ਹੈ ਜੋ ਕਿ ਉਸੇ ਦੀ ਹੀ ਥਾਰ ਦੇ ਕੋਲ ਖੜਾ ਸੀ। ਦੋਨੋਂ ਲੜਨ ਲੱਗ ਪੈਂਦੇ ਨੇ ਤਾਂ ਫਿਰ ਥਾਰ ਦੇ ਵਿੱਚੋਂ ਇਹਦਾ ਦੋਸਤ ਨਿਕਲ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਜਦਕਿ ਦੂਸਰੇ ਵਿਅਕਤੀ ਨੂੰ ਵੀ ਰੋਕਿਆ ਜਾਂਦਾ ਹੈ। ਦੋਸਤ ਹੱਥ 'ਚ ਰਿਵਾਲਵਰ ਫੜੇ ਸ਼ਖਸ ਨੂੰ ਇੱਕ ਪਾਸੇ ਲੈ ਜਾਂਦਾ ਹੈ ਅਤੇ ਥਾਰ ਵਿੱਚ ਬੈਠਣ ਲਈ ਕਹਿੰਦਾ ਹੈ। ਕੁਝ ਦੇਰ ਬਾਅਦ ਹੀ ਇੱਕ ਹੋਰ ਨੌਜਵਾਨ ਉਹਨਾਂ ਦੀ ਲੜਾਈ ਦੇਖ ਕੇ ਆਉਂਦਾ ਹੈ, ਰੋਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਰਿਵਾਲਵਰ ਫੜਿਆ ਸ਼ਖਸ ਥਾਰ ਦੇ ਵਿੱਚ ਬੈਠ ਜਾਂਦਾ ਹੈ। ਪਰ ਉਸ ਨੌਜਵਾਨ ਜੋ ਰੋਕਣ ਆਇਆ ਸੀ ਉਸਦੇ ਨਾਲ ਵੀ ਉਸਦੀ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਨੌਜਵਾਨ ਉਸ ਥਾਰ ਚਾਲਕ ਵੱਲ ਭੱਜਦਾ ਹੈ ਜੋ ਕਿ ਥਾਰ ਨੂੰ ਬੈਕ ਕਰ ਰਿਹਾ ਹੁੰਦਾ ਹੈ ਤਾਂ ਅਚਾਨਕ ਉਸਨੂੰ ਫੜ ਲੈਂਦਾ ਹੈ। ਥਾਰ ਦਾ ਦਰਵਾਜ਼ਾ ਖੋਲ੍ਹਦਾ ਹੈ ਅਤੇ ਉਸ ਨਾਲ ਕੁਝ ਬਹਿਸ ਹੁੰਦੀ ਹੈ ਤਾਂ ਫਿਰ ਅਚਾਨਕ ਉਹ ਗੋਲੀ ਚਲਾ ਦਿੰਦਾ ਹੈ ਅਤੇ ਨੌਜਵਾਨ ਉੱਥੇ ਹੀ ਢੇਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਥਾਰ ਚਾਲਕ ਬਾਹਰ ਵੀ ਨਿਕਲਦਾ ਹੈ, ਉਸਨੂੰ ਚੈੱਕ ਵੀ ਕਰਦਾ ਹੈ ਕਿ ਉਹ ਮਰ ਗਿਆ ਹੈ ਜਾਂ ਜਿਉਂਦਾ ਹੈ। ਥੋੜ੍ਹੀ ਦੇਰ ਬਾਅਦ ਉਹ ਵਾਪਸ ਆਉਂਦਾ ਹੈ, ਥਾਰ ਦੇ ਵਿੱਚ ਕੁਝ ਸੁੱਟਦਾ ਹੈ ਅਤੇ ਫਿਰ ਥਾਰ 'ਚ ਬੈਠ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਇਹ ਸਾਰੀ ਵੀਡੀਓ ਸ਼੍ਰੀ ਮੁਕਤਸਰ ਸਾਹਿਬ ਦੀ ਹੈ ਜਿੱਥੇ ਕਿ ਇੱਕ ਕਲੱਬ ਦੇ ਬਾਹਰ ਇੱਕ ਕਤਲ ਹੋਇਆ ਹੈ ਤੇ ਕਤਲ ਦੀ ਇਹ ਲਾਈਵ ਵੀਡੀਓ ਸੀਸੀਟੀਵੀ ਕੈਮਰੇ ਤੋਂ ਮਿਲੀ ਹੈ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੀ ਮੌਕੇ ਤੇ ਪਹੁੰਚੀ ਹੈ, ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਹੈ, ਥਾਰ ਵੀ ਬਰਾਮਦ ਕਰ ਲਈ ਗਈ ਹੈ ਤੇ ਪੁਲਿਸ ਦਾ ਕਹਿਣਾ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਵੀ ਸਾਹਮਣੇ ਆ ਰਿਹਾ ਕਿ ਜਿਸ ਸ਼ਖਸ ਦੇ ਵੱਲੋਂ ਗੋਲੀ ਚਲਾਈ ਗਈ ਉਹ 10 ਸਾਲ ਬਾਅਦ ਅਮਰੀਕਾ ਤੋਂ ਇੱਥੇ ਭਾਰਤ ਆਇਆ ਸੀ ਅਤੇ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਪੀ ਰਿਹਾ ਸੀ ਤੇ ਇਸੇ ਵਿਚਾਲੇ ਬਹਿਸਬਾਜ਼ੀ ਹੋ ਜਾਂਦੀ ਹੈ ਤੇ ਇਹੀ ਨੌਜਵਾਨ ਇੱਕ ਛੁਡਵਾਉਣ ਆਉਂਦਾ ਹੈ ਜਿਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਫਿਲਹਾਲ ਪਰਿਵਾਰ ਦੇ ਵਿੱਚ ਵੀ ਮਾਤਮ ਛਾਇਆ ਹੈ, ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਵੀ ਕਹਿਣਾ ਆ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਤੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।